ਸਤਿ ਸ਼੍ਰੀ ਅਕਾਲ ਜੀ ਇੰਡੀਆ ਨਿਊਜ਼ ਪੰਜਾਬ ਹਿਮਾਚਲ ਜੰਮੂ ਕਸ਼ਮੀਰ ਦਾ ਡਿਜੀਟਲ ਪਲੇਟਫਾਰਮ ਦੇਖ ਰਹੇ ਹੋ ਤੁਸੀਂ ਤੇ ਮੈਂ ਹਾਂ ਮਨਿੰਦਰ ਕੋਲ ਸਿੱਧੂ ਮੂਸੇਵਾਲਾ ਭਾਵੇਂ ਇਸ ਦੁਨੀਆ ਨੂੰ ਅਲਫੀਦਾ ਕਹਿ ਚੁੱਕਿਆ ਪਰ ਅੱਜ ਵੀ ਸਿੱਧੂ ਮੂਸੇਵਾਲਾ ਨੂੰ ਚਾਹਣ ਵਾਲਿਆਂ ਦੀ ਗਿਣਤੀ ਲਗਾਤਾਰ ਬਰਕਰਾਰ ਹੈ ਸਿੱਧੂ ਮੂਸੇਵਾਲਾ ਨੂੰ ਅੱਜ ਵੀ ਲੋਕ ਯਾਦ ਕਰਦੇ ਨੇ ਤੇ ਅੱਜ ਵੀ ਸਿੱਧੂ ਮੂਸੇਵਾਲਾ ਲੋਕਾਂ ਦੇ ਦਿਲਾਂ ਦੇ ਵਿੱਚ ਵਸਿਆ ਉੱਥੇ ਜੇਕਰ ਗੱਲ ਕੀਤੀ ਜਾਵੇ ਨਾਭਾ ਦੀ ਤਾਂ ਨਾਭਾ ਦੇ ਵਿੱਚ ਇੱਕ ਛੋਟਾ ਜਿਹਾ ਬੱਚਾ ਹੈ 8 ਸਾਲਾ ਅਸੀਮ ਜੋ ਕਿ ਸਿੱਧੂ ਮੂਸੇਵਾਲਾ ਦੇ ਗਾਣੇ ਗਾਉਂਦਾ ਹੈ ਤਾਂ ਲੋਕਾਂ ਨੂੰ ਬਖੂਬੀ ਸਿੱਧੂ ਮੂਸੇਵਾਲਾ ਦੀ ਆਵਾਜ਼ ਲੱਗਦੀ ਹੈ ਤਾਂ ਅੱਜ ਵੀ ਲੋਕ ਅਸੀਮ ਦੇ ਗਾਣੇ ਸੁਣ ਕੇ ਸਿੱਧੂ ਮੂਸੇਵਾਲਾ ਨੂੰ ਯਾਦ ਕਰ ਰਹੇ ਨੇ ਤਾਂ ਉੱਥੇ ਜਦੋਂ ਅਸੀਮ ਦੇ ਨਾਲ ਗੱਲਬਾਤ ਕੀਤੀ ਜਾਂਦੀ ਹੈ ਤਾਂ ਅਸੀਮ ਦੇ ਵੱਲੋਂ ਦੱਸਿਆ ਜਾਂਦਾ ਹੈ ਕਿ ਉਸਨੂੰ ਬਹੁਤ ਹੀ ਸ਼ੌਂਕ ਸੀ ਕਿ ਉਹ ਸਿੱਧੂ ਮੂਸੇਵਾਲਾ ਦੇ ਵਾਂਗ ਨਾਮ ਕਮਾਵੇ ਜਿਸ ਨੂੰ ਲੈ ਕੇ ਉਹ ਲਗਾਤਾਰ ਸਿੱਧੂ ਮੂਸੇਵਾਲੇ ਦੇ ਗਾਣੇ ਗਾਉਂਦਾ ਹੈ ਸਿੱਧੂ ਮੂਸੇਵਾਲੇ ਵਰਗਾ ਹੀ ਨਾ ਤਾਂ ਕੋਈ ਲਿਖ ਸਕਦਾ ਅਤੇ ਨਾ ਤਾਂ ਕੋਈ ਗਾ ਸਕਦਾ ਜੀ ਅਤੇ ਉਹਦੇ ਗਾਣੇ ਤਾਂ ਪੂਰੀ ਆਲ ਦੁਨੀਆ 'ਚ ਚੱਲਦੇ ਨੇ ਅਤੇ ਮੈਨੂੰ ਵੀ ਉਹ ਵਧੀਆ ਲੱਗਦੇ ਜੀ ਅਤੇ ਮੈਂ ਉਹਦੇ ਗਾਣੇ ਗਾਉਂਦਾ ਜੀ ਮੈਨੂੰ ਹੋ ਗਈ 2 ਸਾਲ ਅਤੇ ਮੈਂ ਜਿਹੜਾ ਉਹਨਾਂ ਦਾ ਡਾਇਲੋਗ ਹੈ ਦਿਲ ਦਾ ਨਹੀਂ ਮਾੜਾ ਤੇਰਾ ਸਿੱਧੂ ਮੂਸੇਵਾਲਾ ਉਦੋਂ ਤੋਂ ਹੀ ਮੈਂ ਉਹਨਾਂ ਦੇ ਸਾਰੇ ਗਾਣੇ ਸੁਣ ਰਹੀ ਅਤੇ ਉਹਨਾਂ ਦਾ ਨਵਾਂ ਗਾਣਾ ਵਾਰ ਵੀ ਮੈਨੂੰ ਯਾਦ ਹੈ ਮੈਂ ਤੁਹਾਨੂੰ ਸੁਣਾ ਵੀ ਦਿੱਤਾ ਜੀ ਮੇਰਾ ਇਹ ਟੀਚਾ ਹੈ ਵੀ ਮੈਂ ਹੋਰ ਮਿਹਨਤ ਕਰਾਂ ਅਤੇ ਮੇਰੀ ਵੀ ਇਹ ਤਮੰਨਾ ਵੀ ਮੈਂ ਸਿੱਧੂ ਮੂਸੇਵਾਲੇ ਜਿੰਨਾ ਆਪਦਾ ਨਾਮ ਕਮਾਵਾਂ ਮੈਂ ਇਹ ਗੁਰਦੁਆਰੇ ਜਾਂਦਾ ਤਾਂ ਮੈਥੋਂ ਸ਼ਬਦ ਸੁਣਦੇ ਨੇ ਜੀ ਲੋਕ ਕਹਿੰਦੇ ਨੇ ਤੂੰ ਸਟਾਰ ਬਣੇਗਾ ਹੋਰ ਮਿਹਨਤ ਕਰੀ ਅਤੇ ਮੇਰੀ ਵੀ ਤਮੰਨਾ ਇਹੀ ਹੈ ਜੀ ਵੀ ਮੈਂ ਸਿੱਧੂ ਮੂਸੇਵਾਲੇ ਜਿੰਨਾ ਨਾਮ ਕਮਾਵਾਂ ਟੀਚਰ ਵੀ ਜੀ ਮੈਨੂੰ ਐਂ ਕਹਿੰਦੇ ਨੇ ਵੀ ਮਿਹਨਤ ਕਰਿਆ ਕਰ ਤੂੰ ਬਹੁਤ ਅੱਗੇ ਜਾਏਂਗਾ ਜੀ ਅਤੇ ਮੈਥੋਂ ਸੁਣ ਕੇ ਵੀ ਕਹਿੰਦੇ ਜੀ ਵੀ ਬਹੁਤ ਵਧੀਆ ਗਾਉਂਦਾ ਜੀ ਤੂੰ ਦੋਸਤ ਵੀ ਇਹੀ ਕਹਿੰਦੇ ਨੇ ਜੀ ਹਾਂਜੀ ਇਹ ਜਦ ਮੈਂ ਘਰੇ ਜਦ ਵੀ ਜੀ ਕਰਦਾ ਕੰਮ ਤੋਂ ਆ ਕੇ ਜਦ ਮੈਂ ਹਾਰਮੋਨੀਅਮ ਖੋਲਦਾ ਤਕਰੀਬਨ ਇਹਦਾ ਧਿਆਨ ਮੇਰੇ 'ਚ ਹੀ ਰਹਿੰਦਾ ਜਦ ਮੈਂ ਜਦ ਦੇਖਦਾ ਇਹ ਛੋਟਾ ਜਿਹਾ ਸੀ ਮੇਰੇ ਹਾਲ ਤਕਰੀਬਨ 2-3 ਸਾਲ ਦਾ ਹਾਰਮੋਨੀਅਮ ਤਾਂ ਮੈਂ ਸਵੇਰੇ ਸਵੇਰੇ ਸਰਗਮ ਕੱਢ ਰਿਹਾ ਅਤੇ ਉਹੀ ਸਰਗਮ ਇਹ ਖੁਦ ਬਜਾ ਰਿਹਾ ਸੀਗਾ ਅਤੇ ਮੈਨੂੰ ਬੜਾ ਅੱਛਾ ਲੱਗਿਆ ਇਹਦੀ ਯੂਟਿਊਬ 'ਤੇ ਪਾਈ ਵੀ ਉਹ ਛੋਟੇ ਦੀ ਅਸੀਮ ਲਰੋੜਾ ਨਾਂ 'ਤੇ ਯੂਟਿਊਬ 'ਤੇ ਪਈ ਵੀ ਇਹਦੀ ਵੀਡੀਓ ਬਹੁਤ ਹੀ ਪਿਆਰਾ ਲੱਗ ਰਿਹਾ ਉਦੋਂ ਬਾਅਦ ਇਹਨੂੰ ਸ਼ੌਕ ਤਾਂ ਹੈਗਾ ਹੀ ਆ ਅਤੇ ਸਿੱਧੂ ਮੂਸੇਵਾਲੇ ਬਹੁਤ ਫੋਲੋ ਕਰ ਰਿਹਾ ਅਤੇ ਮੇਰੇ ਖਿਆਲ ਉਹ ਲੇਜੈਂਡ ਸਿੰਗਰ ਸੀਗਾ ਉਹਦੇ ਵਰਗਾ ਤੋਂ ਕੋਈ ਬਣ ਨਹੀਂ ਸਕਦਾ ਪਰ ਉਹਨੂੰ ਫੋਲੋ ਕਰਨਾ ਇਹਨਾਂ ਬੱਚਿਆਂ ਦਾ ਫਰਜ਼ ਬਣਦਾ ਕਿਉਂਕਿ ਦਿਲਦਾ ਨਹੀਂ ਮਾੜਾ ਤੇਰਾ ਸਿੱਧੂ ਮੂਸੇਵਾਲਾ ਬਹੁਤ ਹੀ ਚੰਗਾ ਇਨਸਾਨ ਸੀ ਸਾਡੇ ਤੋਂ ਚੱਲਾ ਨਹੀਂ ਗਿਆ ਵੈਸੇ ਉਹ ਮੌਜੂਦ ਹੈ ਜਿਹੜਾ ਬੱਚਾ ਉਹਦਾ ਨਾਂ ਲੈ ਰਿਹਾ ਉਹ ਸਾਡੇ 'ਚ ਮੌਜੂਦ ਹੈ ਬਿਲਕੁਲ ਜੀ ਜਿਵੇਂ ਹੁਣ ਸਾਡੇ ਪੇਰੈਂਟਸ ਸੀਗੇ ਸਾਡੀ ਸਪੋਰਟ ਨਹੀਂ ਅਸੀਂ ਤਾਂ ਸਾਡੇ ਤਾਂ ਕਿਉਂਕਿ ਜਿਵੇਂ ਇੱਕ ਗਰੀਬ ਪਰਿਵਾਰ 'ਚੋਂ ਅਸੀਂ ਉੱਠੇ ਹਾਂ ਥੋੜ੍ਹੇ ਜਿਹੇ ਰੋਟੀ ਖਾਣ ਜੋ ਕਰੇ ਦਾਤਾ ਨੇ ਕੀਤੇ ਆ ਇਹਨਾਂ ਨੂੰ ਤਾਂ ਅਸੀਂ ਇਹ ਕਹਿ ਰਹੇ ਵੀ ਤੁਸੀਂ ਮਿਹਨਤ ਕਰੋ ਕਿਉਂਕਿ ਸਾਨੂੰ ਤਾਂ ਅਸੀਂ ਕੰਮ ਵੀ ਕਰਦੇ ਹਾਂ ਅਸੀਂ ਇਹਨਾਂ ਨੂੰ ਮਤਲਬ ਬੱਚਿਆਂ ਨੂੰ ਪਾਲਦੇ ਵੀ ਹਾਂ ਨਾ ਜਗੈਕੀ ਦਾ ਵੀ ਸਾਰਾ ਨਾਲ ਹੀ ਰੱਖਿਆ ਸਾਰਾ ਸਿਸਟਮ ਪਰ ਇਹਨਾਂ ਨੂੰ ਤਾਂ ਰੱਖਿਆ ਵੀ ਕਿ ਤੁਸੀਂ ਪੜ੍ਹੋ ਅਤੇ ਰਿਆਜ਼ ਕਰੋ ਹਾਂਜੀ ਮਿਹਨਤ ਕਰੀ ਜਾਂਦਾ ਜ਼ਿਆਦਾ ਇਹਦਾ ਜੀ ਕਰਦਾ ਅੱਧਾ ਘੰਟਾ ਘੰਟਾ ਗਾ ਲੈਂਦਾ ਮਤਲਬ ਗਾਣੇ ਗਾਈ ਜਾਂਦਾ ਜ਼ਿਆਦਾ ਦਾ ਜੀ ਕਰ ਜੇ ਮੈਂ ਕਹੂੰਗਾ ਤਾਂ ਮੇਰੇ ਕਹੂੰਗਾ ਵੀ ਪਾਪਾ ਮੈਂ ਬਾਅਦ 'ਚ ਗਾਊਂਗਾ ਅਤੇ ਫਿਰ ਮੈਂ ਬਾਅਦ 'ਚ ਫੋਨ ਕਰਕੇ ਪੁੱਛਦੇ ਵੀ ਅੱਜ ਅਸੀਂ ਇਵੇਂ ਬੈਠਿਆ ਸੀ ਜਾਂ ਕੀਤਾ ਸੀ ਫਿਰ ਮੈਨੂੰ ਘਰੋਂ ਪੋਜ਼ੀਟਿਵ ਪਾਉਂਦਾ ਵੀ ਹਾਂ ਅੱਜ ਘੰਟਾ ਬੈਠਿਆ ਸੀ ਅੱਧਾ ਘੰਟਾ ਬੈਠਿਆ ਸਾਰੇ ਤਕਰੀਬਨ ਸਾਡੇ ਦਾਦੇ ਪੜਦਾਦੇ ਮੇਰੇ ਦਾਦਾ ਜੀ ਸੀ ਇਦੂ ਖਾਨ ਜੀ ਅਤੇ ਉਹਨਾਂ ਦੇ ਸਾਡੇ ਪੜਦਾਦੇ ਉਹ ਵੀ ਗਾਉਂਦੇ ਸੀ ਅਤੇ ਫਿਰ ਸਾਡੇ ਤਾਇਆ ਜੀ ਇਦੂ ਸ਼ਰੀਫ ਉਦੂ ਜੀ ਹੈ ਨਾ ਸਾਰੇ ਮਤਲਬ ਗੋਤ ਆ ਜਿਹੜਾ ਸਾਡਾ ਜਿਵੇਂ ਬਾਬਾ ਮਰਦਾਨਾ ਜੀ ਦੇ ਘਰਾਣੇ 'ਚ ਸਾਡਾ ਝੁੰਬੜ ਗੋਤ ਹੈ ਅਤੇ ਸਾਡੀ ਜਿਹੜੀ ਮਤਲਬ ਗਾਇਕੀ ਆ ਉਹ ਸਮਰਪਿਤ ਹੈ ਜਿਹੜੀ ਹੈ ਨਾ ਦਰਬਾਰ ਸਾਹਿਬ ਨੂੰ ਸਮਰਪਿਤ ਹੈ ਕਿਉਂਕਿ ਪਾਤਸ਼ਾਹ ਨਾਲ ਸਾਡੇ ਮਰਦਾਨਾ ਜੀ ਸਾਡੇ ਬਜ਼ੁਰਗ ਨੇ ਜਿਹੜੇ ਉਹ ਪਾਤਸ਼ਾਹ ਜੀ ਨਾਲ ਰਹੇ ਨੇ ਕਿ ਸਾਡੇ ਗੋਤੀ 'ਤੇ ਸਾਨੂੰ ਬੜਾ ਮਾਣ ਮਹਿਸੂਸ ਹੁੰਦਾ ਉਸ ਚੀਜ਼ ਦਾ ਉਸ ਚੀਜ਼ ਨੂੰ ਮੱਦੇ ਨਜ਼ਰ ਰੱਖਦੇ ਹੋਏ ਅਸੀਂ ਇਹ ਗਾਇਕੀ ਦਾ ਘਰਾਣਾ ਸਾਡਾ ਵੱਸਦਾ ਕਿ ਨਾ ਸਾਡੇ ਜਿਹੜੇ ਬਜ਼ੁਰਗ ਸੀ ਉਹ ਬਾਬਾ ਨਾਨਕ ਨਾਲ ਇੰਨੇ ਸਾਲ ਇਕੱਠੇ ਰਹੇ ਉਹ ਕਿਸ ਕਰਕੇ ਇੱਕ ਸੰਗੀਤ ਕਰਕੇ ਇਸ ਕਰਕੇ ਅਸੀਂ ਸੰਗੀਤ ਨੂੰ ਅਸੀਂ ਜਿਉਂਦਾ ਰੱਖਿਆ ਬਾਬੇ ਮਰਦਾਨੇ ਦੀ ਕੁੱਲ ਨੂੰ ਅਸੀਂ ਜਿਉਂਦਾ ਰੱਖਿਆ ਕਿਉਂਕਿ ਅਸੀਂ ਉਹਨਾਂ ਦੇ ਗੋਤੀ ਹਾਂ ਬੜਾ ਸਾਨੂੰ ਮਾਣ ਮਹਿਸੂਸ ਹੈ ਇਸ ਗੱਲ ਦਾ ਮੈਂ ਤਾਂ ਬਸ ਇਹੀ ਕਹੂੰਗਾ ਜੀ ਵੀ ਨਾਲ ਸਭ ਤੋਂ ਪਹਿਲਾਂ ਤਾਂ ਇਹਦੀ ਪੜ੍ਹਾਈ ਹੈ ਜੀ ਉਸ ਤੋਂ ਬਾਅਦ ਇਹਦੀ ਗਾਇਕੀ ਵੀ ਜੋ ਅਸੀਂ ਨਹੀਂ ਦੇਖ ਸਕੇ ਜਾਂ ਸਾਡੇ ਸੁਪਨੇ ਆ ਉਹ ਅਸੀਂ ਆਪਣੇ ਬੱਚਿਆਂ ਨੂੰ ਹਰ ਇੱਕ ਮਾਂ ਬਾਪ ਆਪਣੇ ਬੱਚੇ ਨੂੰ ਮਤਲਬ ਮੋਢਿਆਂ 'ਤੇ ਬਿਠਾਉਂਦਾ ਵੀ ਜੋ ਮੈਂ ਨਹੀਂ ਦੇਖ ਸਕਿਆ ਉਹ ਮੇਰਾ ਬੇਟਾ ਦੇਖੇ ਬਸ ਇਹਨੇ ਤਕਰੀਬਨ ਕਹਿ ਹੀ ਦਿੱਤਾ ਵੀ ਉਹ ਲੇਜੈਂਡ ਸਿੰਗਰ ਜਿਹਨੂੰ ਇਹ ਫੋਲੋ ਕਰਦਾ ਹੈ ਨਾ ਉਹਦੇ ਵਰਗਾ ਤਾਂ ਨਾ ਕਿਸੇ ਨੇ ਗਾਇਆ ਨਾ ਕਿਸੇ ਨੇ ਗਾਉਣਾ ਉਹਦੀ ਆਵਾਜ਼ ਉਹਨੂੰ ਮੁਬਾਰਕਬਾਦ ਸੀ ਅਤੇ ਮੁਬਾਰਕਬਾਦ ਇਹ ਰਹੂਗੀ ਉਹ ਰਹਿੰਦੀ ਦੁਨੀਆ ਤੱਕ ਜਦ ਤੱਕ ਇਹ ਲੋਕ ਜਦ ਤੱਕ ਇਹ ਦੁਨੀਆ ਸੰਸਾਰ 'ਤੇ ਰਹੂ ਸਿੱਧੂ ਮੂਸੇਵਾਲਾ ਦਾ ਵੀ ਨਾਂ ਬਰਕਰਾਰ ਰਹਿਣਾ ਉਹਦੀਆਂ ਤਰਜ਼ਾਂ 'ਤੇ ਗੀਤ ਬਣਦੇ ਰਹਿਣਗੇ ਅਤੇ ਲੋਕ ਉਹਨੂੰ ਫੋਲੋ ਕਰਦੇ ਨੇ ਅਸੀਂ ਵੀ ਉਹਨੂੰ ਫੋਲੋ ਕਰ ਰਿਹਾ ਅਤੇ ਤਕਰੀਬਨ ਇਹਨੂੰ ਸਿੱਧੂ ਮੂਸੇਵਾਲਾ ਕਹਿ ਕੇ ਬੁਲਾਉਂਦੇ ਆ ਪਿੰਡ 'ਚ ਵੀ ਆ ਜਾ ਵੀ ਸੁਣਾ ਕੋਈ ਜਦ ਵੀ ਇਹ ਤੋਂ ਸੁਣਦੇ ਆ ਸਕੂਲ 'ਤੇ ਸਿੱਧੂ ਮੂਸੇਵਾਲਾ ਦਾ ਗਾਣਾ ਸੁਣਦੇ ਆ
सिद्धू मूसेवाले नूं अज वी दुनिया याद करदी है, भावें कि पंजाबी गायक सिद्धू मूसेवाला इस दुनिया दे विच नहीं रहा, पर अजे भी उसकी आवाज़ पूरी दुनिया दे विच गूंज रही है। तो अज उन्हां नूं उन्हां दे गीतां दे जरिए लोग याद कर रहे हैं। इस तरह ही नाभा दे पिंड ललोड़ा दा एक 9 साला असीम है, जिसने सिद्धू मूसेवाला दा गीत गा के मूसेवाला नूं याद कीता। वह 6वीं जमात दा विद्यार्थी है, तो जो भी उसकी आवाज़ नूं सुनदा है सिद्धू मूसेवाला नूं याद करता है। असीम ने उत्थे कहा है कि उसनूं बचपन तो ही गाउण दा शौक है, तो वह सिद्धू मूसेवाले दा बहुत वड्डा फैन है। उसका टीचर है कि वह सिद्धू मूसेवाला वांग बने। फिलहाल तमाम जानकारी दे लई वेखदे रहो इंडिया न्यूज़ पंजाब, हिमाचल, जम्मू कश्मीर। सत श्री अकाल, धन्यवाद।